साढ़े जेडे पिता जी थे उन्होंने टाइम पिंड रामलीला होया कर दी थी जी, जी। रामलीला साढ़े पिता जी भी रोल कराया करते थे, कुछ गा भी लेंदे थे पुरानी लोक कथावां जिस तरह रामचंद्र जी दे भजन, कृष्ण जी दे भजन, गुरु नानक देव जी दे, गुरु गोबिंद सिंह दे, सारा कुछ गा लेंदे थोड़ा थोड़ा गुरुद्वारे मंदिरां दे विच गाउंदे रहिंदे। सानू भी लगन हो गई जी। ਤਾਂ ਲਗਨ ਹੋਈ ਹੋਈ ਸਭ ਤੋਂ ਪਹਿਲਾਂ ਕੁਲਦੀਪ ਮਾਨਕ ਸਾਹਿਬ ਦੀ ਕੈਸਟ ਆਈ ਸੀ ਸਨ 75 ਦੇ ਵਿੱਚ ਜਾਂ 74-75 ਦੇ ਵਿੱਚ, ਤੇਰੀ ਖਾਤਰ ਹੀਰੇ ਛੱਡ ਕੇ ਤਖ਼ਤ ਹਜ਼ਾਰੇ ਦੀ, ਅਤੇ ਉਹਦੇ ਨਾਲ ਲਗਨ ਪੈ ਗਈ। ਉਹ ਸਾਨੂੰ ਬਹੁਤ ਪਿਆਰਾ ਲੱਗਿਆ। ਅਸਲ ਮੈਂ ਫੈਨ ਕੁਲਦੀਪ ਮਾਨਕ ਸਾਹਿਬ ਦਾ ਤਾਂ ਸਭ ਤੋਂ ਪਹਿਲਾਂ, ਐਂ ਤਾਂ ਮੁਹੰਮਦ ਸਦੀਕ ਵੀ ਹੈਗੇ ਅਤੇ ਨਾਲੇ ਨਾਲ ਹੋਰ ਦੀਦਾਰ ਸੰਧੂ ਵੀ ਹੈਗੇ ਅਤੇ ਰਮਲਾ ਜੀ ਵੀ ਹੈਗੇ ਅਤੇ ਲੱਖੀ ਬਨਜਾਰਾ ਵੀ ਉਹਨਾਂ ਟਾਈਮਾਂ ਦੇ ਵਿੱਚ ਹੈਗਾ ਤਾ, ਅਤੇ ਜਮਲਾ ਜੀ ਵੀ ਹੈਗੇ ਅਤੇ ਫਨਕਾਰ ਤਾਂ ਬਹੁਤ ਬੜੇ ਬੜੇ ਤੇ, ਪਰ ਸਾਨੂੰ ਉੱਥੋਂ ਇਸ਼ਕ ਪਿਆ। ਤੂੰਬੀਆਂ ਵੱਜਦੀਆਂ ਤੀਆਂ ਗ੍ਰਾਮ ਦੇ ਵਿੱਚ, ਉੱਥੇ ਪੰਚਮ ਦੀ ਤੂੰਬੀ ਜਿਹੜੀ ਉਹ ਸਾਨੂੰ ਬਹੁਤ ਪਿਆਰੀ ਲੱਗੀ। ਫਿਰ ਅਸੀਂ ਤੂੰਬੀ ਲੱਭਣੀ ਸ਼ੁਰੂ ਕਰੀ, ਮੇਲਿਆਂ ਵਿੱਚੋਂ ਲਿਆਂਦੀਆਂ, ਕਦੇ ਕਿਤੇ ਤੋਂ ਕਦੇ ਕਿਤੇ ਤੋਂ, ਘਾਹ ਭੰਨ ਕਰਕੇ ਅਸੀਂ ਤੂੰਬੀ ਵਜਾਉਣੀ ਥੋੜ੍ਹੀ ਬਹੁਤੀ ਸਿੱਖ ਗਈ। ਹਾਂਜੀ, ਆਪ ਹੱਥ ਮਾਰ ਮਾਰ ਕੇ, ਹਾਂਜੀ ਮੇਲਿਆਂ 'ਤੇ ਤੂੰਬੀ, ਆਹ ਮੇਲਿਆਂ 'ਤੇ ਮਿਲ ਜਾਇਆ ਕਰਦੀ ਤੀਆਂ। ਉਹਨਾਂ ਟਾਈਮਾਂ ਦੇ ਵਿੱਚ ਸਾਜ਼ ਹੋਰ ਤਾਂ ਹੋਏ ਨਹੀਂ ਕਰਦੇ, ਤੂੰਬੀ ਲੰਗੋਜਾ ਹੋਇਆ ਕਰ, ਢੋਲ ਕੇ ਆ ਪੇਟੀ ਹੈ ਜੀ, ਇਹੀ ਸਾਜ਼ ਹੁੰਦੇ ਤੇ। ਤਾਂ ਉਹ ਸਾਜ਼ਾਂ ਦੀ ਉਸ ਟਾਈਮ ਕਦਰ ਵੀ ਬਹੁਤ ਸੀ, ਹੋਰ ਸਾਜ਼ ਹੈ ਨਹੀਂ ਤਾਂ ਦੇਖਣ ਨੂੰ, ਨਾ ਕੋਈ ਟੈਲੀਵਿਜ਼ਨ ਤਾਂ ਨਾ ਕੋਈ ਇਲੈਕਟ੍ਰੋਨ ਸਾਜ਼ ਤਾਂ, ਉਹਨਾਂ ਸਾਜ਼ਾਂ ਦੀ ਉਸ ਟਾਈਮ ਕਦਰ ਬਹੁਤ ਸੀ ਔਰ ਉਹਦੀ ਪਛਾਣ ਵੀ ਕਰ ਦਿੱਤੇ। ਔਰ ਜਿੱਥੇ ਕਿਤੇ ਸਟੇਜ ਪਰ ਤੂੰਬੀ ਵੱਜ ਜਾਣੀ ਤਾਂ ਉੱਥੇ ਅਸੀਂ ਹਵਾ ਵਾਂਗੂ ਭੱਜਿਆ ਨਹੀਂ ਜਾਣਾ, ਉੱਥੇ ਜਾ ਕੇ ਪਸੂਣੀ ਵੀ ਕਿਸ ਤਰ੍ਹਾਂ ਵਜਾਉਂਦਾ, ਤਾਰ ਕਿਸ ਤਰ੍ਹਾਂ ਬੋਲਦੀ ਹੈ। ਅਸੀਂ ਫਿਰ ਜੱਦੇ ਆਸ਼ਕ ਹੋ ਗਏ, ਜੱਦੇ ਆਸ਼ਕ ਹੋਏ ਵਜਾਉਂਦੇ ਵਜਾਉਂਦੇ, ਫਿਰ ਅਸੀਂ ਫਿਰ ਲੰਗੋਜਾ ਸਿੱਖਿਆ ਮੈਂ। ਲੰਗੋਜਾ ਜੀ ਉਹਨਾਂ ਟਾਈਮਾਂ ਦੇ ਵਿੱਚ, ਅੱਜ ਕੱਲ੍ਹ ਤਾਂ ਪੈਪਸੀਆਂ ਦੇ ਪੈਪ ਮਿਲ ਜਾਂਦੇ ਆ, ਬਹੁਤ ਸਾਧਨ ਹੈਗੇ ਆ ਉਹਨਾਂ ਟਾਈਮਾਂ ਵਿੱਚ, ਸਾਧਨ ਹੀ ਹੋਇਆ ਕਰਦੇ ਤੇ, ਜਿਹੜੇ ਕਣਕ ਦੀਆਂ ਨਾਲੀਆਂ ਹੈ ਉਹ ਵਿੱਚੋਂ ਖਾਲੀ ਹੁੰਦੀਆਂ, ਸਾਡੇ ਉਸਤਾਦ ਜੀ ਉਹਨਾਂ ਨੇ ਸਾਨੂੰ ਸਿਖਾਇਆ ਜੀ। ਸਭ ਤੋਂ ਪਹਿਲਾਂ ਬਲੀਆ ਰਾਮ ਆਪਣਾ ਪਟਿਆਲਾ ਜ਼ਿਲ੍ਹੇ ਦੇ ਵਿੱਚ ਸਲੇਮਪੁਰ ਪਿੰਡ ਆ ਜੀ, ਬਲੀਆ ਰਾਮ ਤਾਂ ਉਹਨਾਂ ਦੇ ਨਾਂ। ਨਾਗਣ ਫਿਲਮ ਸਾਡੀ ਵਿਆਦਰੀ 'ਚੋਂ ਬਲੀਆ ਰਾਮ 'ਤੇ, ਬਲੀਆ ਰਾਮ ਉਹਨਾਂ ਟਾਈਮਾਂ ਦੇ ਵਿੱਚ ਉਹ ਬੰਬੇ ਬੀਨ ਵਜਾ ਕੇ ਆਏ ਤੇ, ਜਿਹਨਾਂ ਨੂੰ 1100 ਰੁਪਇਆ ਮਿਲਿਆ ਤਾ। ਅੱਛਾ, 1100 ਰੁਪਈਏ ਵਿੱਚ ਇੱਕ ਤਾਂ ਲੜਕੀ ਦਾ ਵਿਆਹ ਕਰਿਆ ਅਤੇ 4 ਖਣ ਪਾਏ ਤੇ ਉਹਨੇ ਬਾਲਿਆਂ ਵਾਲੀ ਛੱਤ, 1100 ਰੁਪਈਏ ਬਹੁਤ ਹੈ ਜੀ ਉਹਨਾਂ ਟਾਈਮਾਂ ਦੇ ਵਿੱਚ। ਕਿਤੇ ਉਹ ਦੱਸਦੇ ਆ ਵੀ ਇਹ ਮੇਰੇ ਕੋਲ 50 ਦੇ ਲਗਭਗ ਸਨ, 50 ਦੇ ਲਗਭਗ ਦੱਸਦੇ ਤੇ ਵੀ ਜਦ ਵੀ ਸਾ ਮੈਨੂੰ 12-13-15 ਸਾਲ ਹੋ ਗਏ ਜਦ ਮੈਂ ਬੀਨ ਵਜਾ ਕੇ ਆਇਆ ਤਾ, ਨਾ 20-22 ਸਾਲ ਹੋ ਗਏ ਜਦ ਉਹਨਾਂ ਸਾਨੂੰ ਇਹ ਦੱਸਿਆ ਤਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਅਲੰਗੋਜਾ ਵਜਾਉਣਾ ਤਾਂ ਸਿਖਾ ਦਿੱਤਿਆ, ਪਰ ਅਲੰਗੋਜੇ ਦੀਆਂ ਰਿਧਮਾਂ ਜਿਹੜੀਆਂ ਉਹਨਾਂ ਦੇ ਕਿਹਾ ਕਿਆ ਨਾਂ ਤੇ, ਅਤੇ ਅਨੈਤ ਕੋਟੀਆ ਕਿਹਾ ਤਾ, ਜੁਗਨੀ ਕਿਹਾ ਤੀ, ਰੱਤੀ ਕਿਹਾ ਤੀ, ਅਤੇ ਆਪਣਾ ਜਿੰਦੂਆ ਕਿਹਾ ਤਾ, ਜਿਹੜੇ ਇਹਨਾਂ ਵੀਟਾਂ ਦੇ ਨਾਂ 'ਤੇ, ਉਹ ਨਹੀਂ ਤਾਂ ਪਤਾ। ਉਹ ਫਿਰ ਮੈਂ ਉਸਤਾਦ ਲੱਭੇ, ਫਿਰ ਮੈਂ ਭੰਗੜਿਆਂ ਦੇ ਵਿੱਚ ਵਜਾਉਂਦਾ ਰਿਹਾ ਇੱਕਣੀ ਅੰਦਾਜ਼ੇ ਨਾਲੇ। ਤਕਰੀਬਨ ਉਹਨਾਂ ਟਾਈਮਾਂ ਦੇ ਵਿੱਚ ਪੰਜਾਬ ਦੇ ਸਾਰੇ ਕਾਲਜ, VED ਕਾਲਜ, DAV ਕਾਲਜ, ਚਮਕ ਆਪਣਾ ਚੰਡੀਗੜ੍ਹ ਸਾਹਿਬ ਦਾ ਹੈ ਜੀ, ਅਤੇ ਚੰਡੀਗੜ੍ਹ ਦੇ ਕਾਲਜ ਹੋ ਗਏ, ਹੋਰ ਹੈ ਰੋਪੜ ਕਾਲਜ ਹੋ ਗਿਆ, ਅਤੇ ਬੇਲਾ ਕਾਲਜ ਸਨ 75 ਦੇ ਵਿੱਚ ਪਹਿਲੀ ਸਭ ਤੋਂ ਟੀਮ ਖਿਲਾਈ, ਅਤੇ ਸਰਦਾਰ ਕੋਚ ਤੇ ਇਹਨਾਂ ਦੇ ਸਰਦਾਰ ਭਾਗ ਸਿੰਘ ਫਿਲਮਾਂ ਵਿੱਚ ਵੀ ਕੰਮ ਕਰਦੇ ਤੇ ਉਹ ਜੀ, ਅਤੇ ਇਹਨਾਂ ਦਾ ਫਿਰ ਸ਼ਾਗਿਰਦ ਹੈਗਾ ਤਾਂ ਨਰਿੰਦਰ ਨਿੰਦੀ, ਅੱਜ ਕੱਲ੍ਹ ਡਾਕਟਰ PhD 4 ਉਹਨਾਂ ਨੇ ਡਿਗਰੀਆਂ ਕਰੀਆਂ, ਚੰਡੀਗੜ੍ਹ ਦੇ ਵਿੱਚ ਰਹਿੰਦੇ ਸਾਡੇ ਪਿੰਡ ਦੇ ਕੋਲ ਦੇ ਆ। ਫਿਰ ਉਹਨਾਂ ਨਾਲ ਕਾਫੀ ਮੈਂ ਲੰਗੋਜੇ ਵੀ ਵਜਾਏ, ਤੂੰਬਾ ਵੀ ਵਜਾਇਆ, ਸਟੂਡੀਓ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਰਾਮ ਦਰਬਾਰ ਦੇ ਵਿੱਚ ਵੀ, ਅਤੇ ਆਪਣਾ ਦਾਰਾ ਸਟੂਡੀਓ ਦੇ ਵਿੱਚ ਵੀ ਚੰਡੀਗੜ੍ਹ, ਕਾਫੀ ਜਗ੍ਹਾ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਨਾਟਕ ਖੇਲੇ ਦੂਰਦਰਸ਼ਨ ਜਲੰਧਰ 'ਤੇ, ਦੂਰਦਰਸ਼ਨ ਜਲੰਧਰ 'ਤੇ ਅਸੀਂ ਉਹ ਨਾਟਕ ਖੇਲੇ, ਮੈਂ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੈਨੂੰ ਰੱਖਿਆ। ਅਤੇ ਇਹ ਤਾਂ ਤੁਸੀਂ ਦੱਸਿਆ ਵੀ ਕਿੱਦਾਂ ਚੱਲਦਾ ਗਿਆ, ਪਰ ਮੈਂ ਚਾਹੂੰਗਾ ਵੀ ਨਾ ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਇੱਕ ਤਾਂ ਹੁੰਦਾ ਵੀ ਆਪਾਂ ਖੁਦ ਮਾੜਾ ਮੋਟਾ ਸਿੱਖਦੇ ਹਾਂ, ਵਜਾਉਂਦੇ ਹਾਂ, ਹਾਂਜੀ, ਉਹ ਤੋਂ ਬਾਅਦ ਫਿਰ ਆਪਾਂ ਨੂੰ ਮੌਕਾ ਮਿਲਦਾ ਪਹਿਲੀ ਵਾਰ ਵੀ, ਹਾਂ ਅਗਲਾ ਕਹਿੰਦੇ ਵੀ ਹਾਂ ਇਹ ਮੁੰਡਾ ਵਧੀਆ ਵਜਾਉਂਦਾ, ਇਹਨੂੰ ਸਟੇਜ 'ਤੇ ਮੌਕਾ ਦਿਓ। ਹਾਂਜੀ, ਤਾਂ ਪਹਿਲਾਂ ਯਾਦਗਾਰੀ ਪਲ ਕਿਹੜਾ ਸੀ ਜਦੋਂ ਤੁਹਾਨੂੰ ਲੱਗਿਆ ਵੀ ਹਾਂ ਹੁਣ ਮੈਨੂੰ ਆ ਗਈ ਆ ਚੀਜ਼ ਵੀ ਹੁਣ ਮੈਂ ਸਟੇਜ 'ਤੇ ਵਜਾ ਸਕਦਾ? ਅਸੀਂ ਬੇਲਾ ਕਾਲਜ ਤੋਂ ਸ਼ੁਰੂ ਹੋਏ ਤੇ ਜੀ। ਅੱਛਾ, ਮੇਰੇ ਪਿੰਡ ਕਾਲਜ ਆ, ਬਾਬਾ ਜੀਤ ਸਿੰਘ, ਜੁਝਾਰ ਸਿੰਘ, ਦਮੋਰੀਆ ਕਾਲਜ ਹੈ ਜੀ, ਆਪਾਂ ਹੁਣ ਇਸ ਟਾਈਮ ਸ੍ਰੀ ਚਮਕੌਰ ਸਾਹਿਬ ਦੇ ਬਿਲਕੁਲ ਨਜ਼ਦੀਕ ਬੈਠੇ ਉਹਨਾਂ ਚਰਨਾਂ ਦੇ ਵਿੱਚ ਜੀ ਜੀ। ਅਤੇ ਇੱਥੇ ਪਹਿਲਾ ਫੰਕਸ਼ਨ ਜਿਹੜਾ ਹੋਇਆ ਤਾਂ ਉਹ ਅਸੀਂ ਕਾਲਜ ਦੇ ਵਿੱਚ ਕਰਿਆ ਤਾ, ਕੁਛ ਉਹ ਤੋਂ ਪਹਿਲਾਂ ਹੋਰ ਵੀ ਹੋਏ, ਕਈ ਯਾਦ ਵੀ ਨਹੀਂ ਰਹਿੰਦੇ। ਇੱਥੋਂ ਫਿਰ ਸ਼ੁਰੂ ਹੋ ਗਿਆ ਤਾਂ ਥੋੜ੍ਹਾ ਬਹੁਤਾ ਲੰਗੋਜਾ ਵਜਾਉਂਦਾ ਤਾਂ ਮੈਂ, ਕੁਛ ਫਿਰ ਉਸਤਾਦ ਲੋਕ ਵਿੱਚ ਹੈਗੇ ਅਤੇ ਉਹ ਦੱਸੀ ਗਏ ਵੀ ਇੱਥੇ ਤੂੰ ਆਹ ਰਿਧਮਾਂ ਲਾ, ਆਹ ਰਿਧਮਾਂ ਲਾ, ਪਤਾ ਹੈ ਨਹੀਂ ਤਾਂ। ਫਿਰ ਅਸਲ ਰਿਧਮਾਂ ਮੈਂ ਸਿੱਖੀਆਂ ਜਿਹੜੇ ਬਿੰਦਰਖੀਆ ਜੀ ਦੇ ਉਸਤਾਦ 'ਤੇ, ਅੱਛਾ, ਸ਼ਮਸ਼ੇਰ ਖਾਨ ਬਵਾਨੀ ਵਾਲੇ,
ਬਿੰਦਰਖ ਦੇ ਕੋਲੇ ਪਿੰਡ ਹੈ ਜੀ। ਅਤੇ ਮੇਰੇ ਉਸਤਾਦ ਉਹਨਾਂ ਨੇ ਵਾਰਿਸ ਸ਼ਾਹ ਫਿਲਮ ਜਿਹੜੀ ਗੁਰਦਾਸ ਮਾਨ ਦੀ ਉਹਦੇ ਵਿੱਚ ਵੀ ਗਾਇਆ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ, ਮੇਰੇ ਉਸਤਾਦ ਉਹਨਾਂ ਨੇ ਗਾਇਆ। ਅਤੇ ਉਹਨਾਂ ਨੇ ਮੈਨੂੰ ਇਹ ਰਿਧਮਾਂ ਦੇ ਨਾਂ ਦੱਸੇ। ਅੱਛਾ, ਬਾਕੀ ਫਿਰ ਹੋਰ ਵੀ ਵਜਾਉਣਾ ਅੰਕੜਾ ਦੱਸਿਆ ਵੀ ਇਹਦੇ ਵਿੱਚ ਫੂਕ ਕਿਸ ਤਰ੍ਹਾਂ ਮਾਰਨੀ ਹੈ, ਠੋਕਰ ਵਾਲੀ ਫੂਕ ਕਿਸ ਤਰ੍ਹਾਂ ਮਾਰਨੀ ਆ, ਸਿੱਧੀ ਫੂਕ ਕਿਸ ਤਰ੍ਹਾਂ ਮਾਰਨੀ ਆ, ਜਾਣੀ ਉਹਨਾਂ ਨੇ ਸੁਧਾਰ ਕਰਤਿਆ ਤਾਂ ਫਿਰ ਵਧੀਆ ਆਪਾਂ ਗੱਲਾਂਬਾਤ ਸੁਣੀ ਜਾਵਾਂ ਨਾਲ ਦੀ ਨਾਲ। ਮੈਨੂੰ ਵੀ ਤੁਹਾਡੇ ਜਿਹੜੇ ਸ਼ੁਰੂਆਤੀ ਦੌਰ ਦੇ ਵਿੱਚ ਕੁਝ ਪਸੰਦੀਦਾ ਧੁਨਾਂ ਸੀਗੀਆਂ ਉਹ ਸਾਨੂੰ ਸੁਣਾਓ, ਚੁੰਬੀ ਤੇ ਚਾਹੇ ਲਗੋਜਿਆਂ ਦੇ ਉੱਤੇ ਹੋ ਜਾਣ। ਇਹ ਕਿਹੜੀ ਬੀਟ ਸੁਣਾ ਰਹੇ ਹੋ ਜੀ ਹੁਣ ਸਾਨੂੰ ਫਿਰ? ਅਸੀਂ ਮੈਂ ਤੁਹਾਨੂੰ ਜੁਗਨੀ ਸੁਣਾਊਂਗਾ ਜੀ। ਜੀ ਹਾਂ, ਕਿ ਜੁਗਨੀ ਸਾਰੇ ਜਾਣਦੇ ਆ, ਹਾਂ, ਤੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਜਾਣਦੇ ਆ, ਆਮ ਬੱਚਿਆਂ ਨੂੰ ਪਤਾ ਜੁਗਨੀ ਬਾਰੇ। ਜੀ ਹਾਂ ਜੀ।